ਤੂੰ ਮੇਰਾ ਅਪਮਾਨ ਕੀਤਾ, ਮੈਂ ਤੇਰਾ ਬਦਲਾ ਲਊਂਗਾ, ਤੇਰਾ ਵਿਰੋਧ ਕਰਕੇ ਦਿਖਾਊਂਗਾ। ਔਰ ਅੱਜ ਮੈਂ ਆਪਣੇ ਮਕਸਦ ਕਾਮਯਾਬ ਹੋਇਆ। ਜਿਹੜੇ ਹਜ਼ਾਰਾਂ ਸਾਥੀਆਂ ਨੂੰ ਪਿੱਛੇ ਰੋਕ ਲਿਆ ਗਿਆ, ਉਹਨਾਂ ਦੇ ਉੱਤੇ ਲਾਠੀਆਂ ਚਲਾਈਆਂ ਜਾ ਰਹੀਆਂ, ਇਸ ਕਰਕੇ ਮੈਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ। ਭਗਵੰਤ ਮਾਨ ਮੁਰਦਾਬਾਦ, ਭਗਵੰਤ ਮਾਨ ਮੁਰਦਾਬਾਦ, ਭਗਵੰਤ ਮਾਨ ਮੁਰਦਾਬਾਦ, ਭਗਵੰਤ ਮਾਨ ਮੁਰਦਾਬਾਦ, ਭਗਵੰਤ ਮਾਨ ਮੁਰਦਾਬਾਦ। ਦੇਖੋ ਮੈਂ, ਮੇਰਾ ਪੰਜਾਬ ਦੀ ਵਿਧਾਨ ਸਭਾ ਚ ਭਗਵੰਤ ਮਾਨ ਨੇ ਅਪਮਾਨ ਕੀਤਾ ਸੀ। ਮੈਂ ਕਿਹਾ ਸੀ, ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ ਕਰਕੇ ਕਿ ਭਗਵੰਤ ਮਾਨ ਜਦੋਂ ਤੂੰ ਇੱਥੇ ਆਏਗਾ, ਮੈਂ ਤੇਰਾ ਡੱਟ ਕੇ ਵਿਰੋਧ ਕਰੂੰਗਾ, ਦਲਪਾਂ ਦੇ ਹੋਏ ਅਪਮਾਨ ਦਾ ਤੇਰੇ ਤੋਂ ਬਦਲਾ ਵਿਰੋਧ ਕਰਕੇ ਲਊਂਗਾ। ਮੈਂ ਕੋਈ ਅਪਸ਼ਬਦ ਨਹੀਂ ਬੋਲ ਰਿਹਾ, ਮੈਂ ਕੋਈ ਅਜਿਹਾ ਪਾਰਲੀਮੈਂਟੇਰੀਅਨ ਸ਼ਬਦ ਨਹੀਂ ਬੋਲ ਰਿਹਾ। ਮੈਂ ਸਿਰਫ ਭਗਵੰਤ ਮਾਨ ਨੂੰ ਇਹ ਦੱਸਣ ਲਈ ਕਿ ਤੇਰੀ ਅੱਜ ਪੁਲਿਸ ਵੀ ਕੁਛ ਨਹੀਂ ਕਰ ਸਕੀ, ਤੇਰੇ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਕੁਛ ਨਹੀਂ ਕਰ ਸਕੇ, ਡੀਜੀਪੀ ਕੁਛ ਨਹੀਂ ਕਰ ਸਕਿਆ। ਮੈਂ ਅੱਜ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ ਤੇਰਾ ਵਿਰੋਧ ਕਰਨ ਵਾਸਤੇ। ਉਹ ਦੇਖੋ ਮੇਰੇ ਸਾਰੇ ਸਾਥੀਆਂ ਨੂੰ ਉੱਥੇ ਰੋਕਿਆ ਹੋਇਆ, ਉਹ ਦੇਖੋ ਹਜ਼ਾਰਾਂ ਸਾਥੀ ਕਾਲੇ ਝੰਡੇ ਲੈ ਕੇ ਉਹਦਾ ਸਵਾਗਤ ਕਰਨ ਵਾਸਤੇ ਇੱਥੇ ਖੜੇ ਸੀ। ਅਸੀਂ ਆ, ਮੈਨੂੰ ਕਾਲਾ ਝੰਡਾ ਦੇ ਦਿਓ। ਲਓ, ਮੈਂ ਅੱਜ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਗਿਆ। ਭਗਵੰਤ ਮਾਨ ਮੁਰਦਾਬਾਦ, 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 ਹਾਏ 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 ਹਾਏ, ਹਾਏ 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 ਹਾਏ, ਹਾਏ 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 ਹਾਏ, ਹਾਏ 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 ਹਾਏ, ਭਗਵੰਤ ਮਾਨ ਹਾਏ ਹਾਏ, ਹਾਏ 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 ਹਾਏ, ਭਗਵੰਤ ਮਾਨ ਹਾਏ ਹਾਏ, ਹਾਏ 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 ਹਾਏ, ਕਿਸ ਤਰੀਕੇ ਨਾਲ ਪੁਲਿਸ ਧੱਕਾ ਕਰ ਰਹੀ ਹੈ, ਸੜਕ ਤੇ ਬੈਠ ਗਈ ਹੈ, ਧੱਕਾ ਕਰ ਰਹੀ ਹੈ ਪੁਲਿਸ, ਪੁਲਿਸ ਵਾਲਿਆਂ ਨੂੰ, ਪੁਲਿਸ ਮੈਨੂੰ ਮਾਰ ਰਹੀ ਹੈ, ਪੁਲਿਸ ਧੱਕਾ ਕਰ ਰਹੀ ਹੈ ਮੇਰੇ ਨਾਲ, ਪੁਲਿਸ ਧੱਕਾ ਕਰ ਰਹੀ ਹੈ। ਮੇਰੀ ਡੀਐਸਪੀ ਸਾਹਿਬ, ਇੰਨਾ ਇੱਦਾਂ ਨਾ ਕਰੋ, ਮੈਨੂੰ ਬੈਠਾ ਰਹਿਣ ਦਿਓ, ਮੈਨੂੰ ਬੈਠਾ ਰਹਿਣ ਦਿਓ, ਮੈਨੂੰ ਬੈਠਾ ਰਹਿਣ ਦਿਓ, ਇੰਨਾ ਧੱਕਾ ਨਾ ਕਰੋ, ਇੰਨਾ ਧੱਕਾ ਨਾ ਕਰੋ, ਤੁਸੀਂ ਮੈਨੂੰ ਬੈਠਾ ਰਹਿਣ ਦਿਓ, ਮੈਂ ਬੈਠਾ ਨਾ ਇੱਥੇ, ਮੈਂ ਬੈਠਾ ਨਾ ਇੱਥੇ, ਮੈਨੂੰ ਬੈਠਾ ਰਹਿਣ ਦਿਓ, ਮੈਨੂੰ ਬੈਠਾ ਰਹਿਣ ਦਿਓ, ਮੈਂ ਬੈਠਾ ਰਹਿਣ ਦਿਓ, ਮੈਂ ਬੈਠਾ ਰਹਿਣ ਦਿਓ, ਮੈਂ ਆਪਣੇ ਮਕਸਦ ਕਾਮਯਾਬ ਤੇਰਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਪਮਾਨ ਕੀਤਾ। ਮੈਂ ਇਸ ਕਰਕੇ ਭਗਵੰਤ ਮਾਨ ਦਾ ਵਿਰੋਧ ਕਰਨ ਚ ਕਾਮਯਾਬ ਹੋਇਆ। ਸਾਰੇ ਮੀਡੀਆ ਵਾਲਿਓ, ਹੱਥ ਜੋੜ ਕੇ ਬੇਨਤੀ ਹੋ ਰਿਹਾ, ਜਿੱਥੇ ਮਰਜ਼ੀ ਲੈ ਲੈ, ਗੱਡੀ ਛੱਡ ਕੇ ਸਾਡਾ ਸਸਪੈਂਡ ਵੀ ਪੱਕਾ ਹੀ ਆ, ਤੁਹਾਨੂੰ ਇੰਨੀ ਗੱਲ ਦੱਸਤੀ, ਆਪਣਾ ਹਿਸਾਬ ਦਾ ਸੋਚ ਕੇ ਚੱਲੇ ਸਾਰੇ ਜਣੇ। ਪਰ ਜਿਹੜੀ ਇਹਨੇ ਲੱਤ ਮਾਰੀ ਨਾ ਕੋਟ ਮਸਲ ਕੇ, ਕੋਈ ਗਲਤ ਕੀਤਾ ਆ, ਮੈਂ ਖੁਦ ਦੇਖਿਆ ਤੂੰ ਜਿਹਨੇ ਲੱਤ ਨੀ ਮਾਰੀ। ਤੁਸੀਂ ਹਲਕਾ ਵਧਾਈ ਦਾ ਇਹ ਹਾਲ ਹੋ ਸਕਦਾ ਹੈ ਪੰਜਾਬ ਜਾ ਰਿਹਾ ਕਿ ਐਮ ਐਲ ਏ ਸਾਹਿਬ
ਕੋਟੀ ਸਾਹਿਬ ਦੇ ਲੱਤ ਮਾਰੀ ਅਸੀਂ ਤਾਂ ਮੈਂ ਖੁਦ ਗਵਾਹ ਆ ਇਹਨਾਂ ਚੋਂ ਕਿਸੇ ਨੇ ਇੱਕ ਨੇ ਮਾਰੀ ਆ ਮੇਰੇ ਕੋਲ ਵੀਡੀਓ ਹੈ ਉਹਦੀ ਬੰਦੇ ਦੀ ਜਿਹਨਾਂ ਨੇ ਮਾਰੀ ਆ ਜੀ ਇਹਨਾਂ ਬੁਲਾਇਆ ਜੋ ਅੱਠ ਨੂੰ ਬੁਲਾਇਆ ਬੰਦੇ ਲੱਤ ਮਾਰੀ ਹੈ ਜੀ ਕੋਟੀ ਸਾਹਿਬ ਦੇ ਮੈਂ ਪੰਜਾਬ ਦੇ ਲੋਕ ਹਿੱਤਾਂ ਦੀ ਗੱਲ ਪੰਜਾਬ ਦੀ ਰਾਜ ਸਭਾ ਚ ਕੀਤੀ ਉਹਨਾਂ ਨੇ ਮੇਰਾ ਉਹ ਕਮਾਨ ਕੀਤਾ ਜਦੋਂ ਮੈਂ ਕਿਹਾ ਕਿ ਤੁਸੀਂ ਦਲਿਤ ਡੈਪਟੀ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਜੀ ਤੁਸੀਂ ਦਲਿਤ ਡੈਪਟੀ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਭਗਵੰਤ ਮਾਨ ਕਹਿੰਦਾ ਇਹ ਪਾਗਲ ਹੋ ਗਿਆ ਇਹਨੂੰ ਦੌਰਾ ਪੈ ਗਿਆ ਇਹਨੂੰ ਛੁੱਟੀ ਸੰਘਾਓ ਪਰ ਮੈਂ ਭਗਵੰਤ ਮਾਨ ਨੂੰ ਇਹ ਚੈਲੰਜ ਕੀਤਾ ਸੀ ਜਦੋਂ ਤੂੰ ਆਦਮ ਪਰ ਆਏਗਾ ਤੇਰਾ ਮੈਂ ਵਿਰੋਧ ਕਾਲੇ ਝੰਡਿਆਂ ਦੇ ਨਾਲ ਕਰੂੰਗਾ ਤੇਰੇ ਤੋਂ ਹੋਏ ਆਪਣੇ ਮਾਨ ਦਾ ਬਦਲਾ ਲੈ ਲਿਆ ਅੱਜ ਮੈਂ ਉਹਦੇ ਤੋਂ ਬਦਲਾ ਲੈ ਲਿਆ ਪੁਲਿਸ ਸਵੇਰ ਦੀ ਜਿਹੜੇ ਦੁਆਲੇ ਪਹੁੰਚਦੀ ਸੀ ਮੈਂ ਪੁਲਿਸ ਦੇ ਕੋਲੋਂ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਭੱਜ ਕੇ ਜਿੱਥੇ ਰੋਕਾਂ ਲਾਈਆਂ ਰੇਲਵੇ ਰੋਡ ਦੇ ਸਾਹਮਣੇ ਭਗਵੰਤ ਮਾਨ ਸਿਰਫ 50 ਗਜ਼ ਦੇ ਉੱਤੇ ਸੀਗਾ ਜਿਸ ਵੇਲੇ ਮੈਂ ਵਿਰੋਧ ਕੀਤਾ ਭਗਵੰਤ ਮਾਨ ਆਪਣਾ ਦੌਰਾ ਛੱਡ ਕੇ ਆਦਮ ਔਰ ਆਪਣਾ ਦੌਰਾ ਛੱਡ ਕੇ ਘੰਟਾ ਘਰ ਚੌਂਕ ਤੋਂ ਵਾਪਸ ਚਲਾ ਗਿਆ ਮੈਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੈਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਮੇਰੇ ਨਾਲ ਬਹੁਤ ਧੱਕੇਸ਼ਾਹੀ ਕੀਤੀ ਮੈਨੂੰ ਕੁੱਟਿਆ ਮੈਨੂੰ ਜਦੋਂ ਗੱਡੀ ਦੇ ਵਿੱਚ ਸੱਟ ਰਹੇ ਸੀ ਸਾਰਾ ਵੀਡੀਓ ਬਣਿਆ ਮੇਰਾ ਪੰਜਾਬ ਪੁਲਿਸ ਨੇ ਵੀ ਬਹੁਤ ਵੱਡਾ ਅਪਮਾਨ ਕੀਤਾ ਪਰ ਮੈਂ ਅੱਜ ਮੈਂ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਜਿਹੜੀ ਗੱਲ ਸੁਖਵਿੰਦਰ ਕੋਟਲੀ ਨੇ ਕਹੀ ਸੀ ਕਿ ਭਗਵੰਤ ਮਾਨਾ ਤੂੰ ਜਦੋਂ ਆਦਮਪੁਰ ਆਏਗਾ ਮੈਂ ਕੋਈ ਤੇਰਾ ਅਨਪਾਰਲੀਮੈਂਟ ਲੈਂਗੁਏਜ ਨਹੀਂ ਬੋਲੂੰਗਾ ਕੋਈ ਤੇਰਾ ਅਪਮਾਨ ਨਹੀਂ ਕਰੂੰਗਾ ਪਰ ਮੈਂ ਆਪਣੇ ਅਪਮਾਨ ਦਾ ਬਦਲਾ ਅੰਦੋਲਨ ਕਰਕੇ ਤੇਰਾ ਘਰਾਓ ਕਰਕੇ ਕਰਾਂਗਾ ਤਾਂ ਮੈਂ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਾਲੇ ਝੰਡਿਆਂ ਦੇ ਨਾਲ ਉਹਦਾ ਸਵਾਗਤ ਕੀਤਾ ਮੈਂ ਅੱਜ ਆਪਣੇ ਮਕਸਦ ਦੇ ਅੰਦਰ ਕਾਮਯਾਬ ਹੋਇਆ ਭਗਵੰਤ ਮਾਨਾ ਹੁਣ ਤੈਨੂੰ ਪੰਜਾਬ ਦੀ ਵਿਧਾਨ ਸਭਾ 'ਚ ਫੇਰ ਟੱਕਰੂਗਾ ਜਿੱਦਣ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਏਗਾ ਸੁੰਦਰ ਕੋਟਲੀ ਜਿੰਦਾਬਾਦ ਤੈਨੂੰ ਸ਼ਰਮ ਹੋਣੀ ਚਾਹੀਦੀ ਆ ਭਗਵੰਤ ਮਾਨਾ ਤੇਰੀ ਪੁਲਿਸ ਪੈਰੇ ਥਾਰੇ ਤੋੜ ਕੇ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਔਰ ਮਕਸਦ ਵਿੱਚ ਕਾਮਯਾਬ ਹੋ ਗਿਆ ਔਰ ਸੜਕ ਦੇ ਉੱਤੇ ਲੰਮਾ ਪੈ ਕੇ 50 ਗਜ਼ ਦੀ ਦੂਰੀ ਤੇ ਪਹੁੰਚਣਾ ਸੀ ਉਸ ਨੂੰ ਰਿਟੇਨ ਕਰਕੇ ਲੈ ਗਈ ਉਸ ਤੋਂ ਬਾਅਦ ਪੁਲਿਸ ਨੇ ਮੂੰਹ ਤੇ ਤੋੜੇ ਘੰਟੇ ਦਾ ਛੱਡ ਦਿੱਤਾ ਪੱਕੇ ਆ ਕੇ ਫਿਰ ਆਪਣੇ ਸਾਥੀਆਂ ਦੇ ਕੋਲ ਖੜਾ ਮੈਂ ਮੀਡੀਆ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਆਪਣੇ ਵਰਕਰਾਂ ਦਾ ਬਹੁਤ ਧੰਨਵਾਦ ਕਰਨਾ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਗਵੰਤ ਮਾਨ